ਨੌਜਵਾਨ ਅਕਸਰ ਦੇਸ਼ ਵਿੱਚ ਨੌਕਰੀਆਂ ਨਾ ਮਿਲਣ ਦੇ ਚਲਦੇ ਬਾਹਰ ਦੇ ਦੇਸ਼ਾਂ ਦਾ ਰੁਖ ਕਰ ਲੈਂਦੇ ਨੇ ਜਿਸ ਦੇ ਚਲਦੇ ਨੌਜਵਾਨਾਂ ਦੇ ਘਰ ਦੀਆਂ ਵੱਲੋਂ ਲੱਖਾਂ ਰੁਪਏ ਕੱਢ ਚੁੱਕ ਕੇ ਉਹਨਾਂ ਨੂੰ ਬਾਹਰ ਭੇਜ ਜਾਂਦਾ ਹੈ ਤਾਂ ਕਿ ਉਹ ਆਪਣੇ ਘਰ ਦਾ ਸਹਾਰਾ ਬਣ ਸਕਣ। ਇਸ ਤਰ੍ਹਾਂ ਦਾ ਇੱਕ ਮਾਮਲਾ ਨੀਮ ਪਹਾੜੀ ਇਲਾਕਾ ਧਾਰ ਦੇ ਪਿੰਡ ਰੋਗ ਦੇ ਵਿੱਚ ਸਾਹਮਣੇ ਆਇਆ ਹੈ ਜਿੱਥੇ ਦਾ ਇੱਕ 33 ਸਾਲਾ ਲੜਕਾ ਜੋ ਕਿ ਗਰੀਬ ਪਰਿਵਾਰ ਦਾ ਹੈ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਦੇ ਚਲਦੇ ਘਰ ਦੇ ਵੱਲੋਂ ਕਰਜ਼ਾ ਚੁੱਕ ਉਸ ਨੂੰ ਬਾਹਰ ਦੇ ਦੇਸ਼ ਸਾਊਦੀ ਅਰਬ ਵਿੱਚ ਕੰਮ ਲਈ ਭੇਜਿਆ ਗਿਆ ਸੀ ਤਾਂ ਕਿ ਮਾਪਿਆਂ ਦੀ ਲਾਠੀ ਦਾ ਸਹਾਰਾ ਬਣ ਸਕੇ। ਮਗਰ ਸਾਊਦੀ ਅਰਬ ਦੇ ਵਿੱਚ ਕੰਮ ਕਰਨ ਦੌਰਾਨ ਸ਼ੱਕੀ ਹਾਲਾਤਾਂ ਵਿੱਚ 25 ਅਗਸਤ ਨੂੰ ਨੌਜਵਾਨ ਦੀ ਮੌਤ ਹੋ ਗਈ ਜਿਸ ਦੇ ਚਲਦੇ ਹਾਲੇ ਤੱਕ ਉਸ ਦੀ ਡੈੱਡ ਬੋਡੀ ਉਸ ਦੇ ਘਰ ਨਹੀਂ ਪਹੁੰਚੀ ਜਿਸ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਪਰਿਵਾਰ ਨੇ ਕੁਝ ਇਸ ਤਰ੍ਹਾਂ ਦੱਸਿਆ ਕਿ ਕਾਰਨ ਕੀ ਲੱਗਦਾ ਹੈ ਕਿ ਕਿਸ ਨਾਲ ਐਕਸੀਡੈਂਟ ਹੋਇਆ ਔਰ ਕਿਸ ਨਾਲ ਡੈਥ ਹੋਈ ਸੀ। मतलब कि उदी तो हुई तो रोड रोलर वजह नाल ही डैथ है बट कंपनी वाले ने हॉस्पिटल च जो भी गलत लिखवाया कि वो डेढ़ मीटर की हाइट तो गिरया। हॉस्पिटल च भी यही लिखवाया कि उदे नाल ही डैथ हुई है बट जो सानू पता लगा हुआ है कि उदे मशीन वजह नाल हुई है जो रोड रोलर वजह की मांग की कर दे कि होना चाहिए कंपनी वालों ते केस होना चाहिए जिन्होंने इदा मेरे ब्रदर नाल कीता या उदा ट्रीटमेंट वधिया नहीं करवाया। जदों नूं करोना था ही नहीं उदों सैकेंड डोज 6 तरीक नूं लगनी सीगी फर्स्ट डोज वो लगा चुका सी। ਕੀ ਲੱਗਦਾ ਕਿ ਕੰਪਨੀ ਵਾਲਿਆਂ ਦਾ ਹੀ ਕਸੂਰ ਹੈਗਾ? ਹਾਂਜੀ ਕੰਪਨੀ ਵਾਲਿਆਂ ਦਾ ਕਸੂਰ ਹੈ। ਉਹਦੀ ਤਰਫ ਤੋਂ ਵੀ ਸਾਨੂੰ ਕੋਈ ਵੀ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਕਿ ਤੁਹਾਡੇ ਬੇਟਾ ਇੱਥੇ ਕੰਮ ਕਰ ਰਿਹਾ ਉਹਨਾਂ ਨੂੰ ਸੱਟ ਲੱਗੀ ਹੈ ਜਾਂ ਕਿਸ ਕੰਡੀਸ਼ਨ 'ਚ ਹੈ। ਕੋਈ ਉਹ ਕੰਪਨੀ ਦੀ ਤਰਫ ਤੋਂ ਸਾਨੂੰ ਕੁਛ ਵੀ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਹੋਈ ਹਜੇ ਤੱਕ ਟਿਲ ਡੈਥ ਤੋਂ ਬਾਅਦ ਵੀ ਹੁਣ ਇੰਨੇ ਦਿਨ ਹੋ ਚੁੱਕੇ ਆ ਸਾਨੂੰ ਕੋਈ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕੀਤੀ ਕੰਪਨੀ ਵਾਲਿਆਂ ਨੇ। ਡੈੱਡ ਬੋਡੀ ਉਹਨਾਂ ਦੀ ਆ ਰਹੀ ਹੈਗੀ ਹੈ? ਨਹੀਂ ਉਹਨਾਂ ਨੇ ਕਰੋਨਾ ਦਿਖਾਇਆ ਅਤੇ ਡੈੱਡ ਬੋਡੀ ਆਈ ਨਹੀਂ ਰਹੀ ਹੈ। ਹੁਣ ਸਾਨੂੰ ਇਹ ਕਿ ਸਾਡੀ ਡੈੱਡ ਬੋਡੀ ਵੀ ਆਵੇ ਅਤੇ ਕੰਪਨੀ ਵਾਲਿਆਂ 'ਤੇ ਕਿ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ। ਮੇਰਾ ਬੱਚਾ ਚੱਲ ਗਿਆ ਮੈਨੂੰ ਤਾਂ ਕੁਛ ਨਹੀਂ ਚਾਹੀਦਾ। ਜਿਨ੍ਹਾਂ ਨੇ ਮੇਰਾ ਬੱਚਾ ਮਾਰਿਆ ਉਹਨਾਂ ਨੂੰ ਸਜ਼ਾ ਚਾਹੀਦੀ ਹੈ, ਨਾਲੇ ਕੰਪਨੀ ਵਾਲਿਆਂ ਨੂੰ ਚਾਹੀਦੀ। ਜਿਨ੍ਹਾਂ ਨੇ ਇੱਕ ਵਾਰ ਨਹੀਂ ਮੈਨੂੰ ਦੱਸਿਆ ਕਿ ਤੁਹਾਡੇ ਬੱਚੇ ਨੂੰ ਲੱਗੀ ਹੈ, ਸੱਟ ਲੱਗੀ ਜਾਂ ਕਿੱਦਾਂ ਹੋਇਆ, ਜਿੰਨੇ ਦਿਨ ਹੋ ਗਏ, ਮਹੀਨੇ ਤੋਂ ਉੱਪਰ ਹੋ ਗਏ, ਉਹਨਾਂ ਸਾਨੂੰ ਕੁਛ ਨਹੀਂ ਦੱਸਿਆ ਹੈਗਾ। ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਕਿ ਕਿਉਂ ਤੁਸੀਂ ਦੱਸਿਆ, ਕਿਉਂ ਨਹੀਂ ਇਹਨਾਂ ਦੇ ਬੱਚੇ ਦੇ ਬਾਰੇ ਕੁਛ ਵੀ ਨਹੀਂ ਦੱਸਿਆ ਸਾਨੂੰ। ਸਾਨੂੰ ਹੋਰ ਕੁਛ ਨਹੀਂ ਚਾਹੀਦਾ, ਉਹਨਾਂ ਨੂੰ ਕੋਈ ਸਜ਼ਾ ਚਾਹੀਦੀ ਹੈ, ਬੱਚੇ ਦੀ ਡੈੱਡ ਬੋਡੀ ਜ਼ਰੂਰ ਆਉਣੀ ਚਾਹੀਦੀ ਹੈ। ਸਾਡਾ ਕੋਈ ਸਹਾਰਾ ਨਹੀਂ, ਸਾਡੇ ਕੋਈ ਬੱਚਾ ਹੋਈ ਸਹਾਰਾ ਨਹੀਂ ਸਾਡਾ ਉਹ ਇਹਨਾਂ ਨੇ। ਹਾਂਜੀ ਬਾਪੂ ਜੀ ਕੀ ਕਹਿਣਾ ਹੈਗਾ, ਕਿਸ ਤਰ੍ਹਾਂ ਹੋਈ ਤੁਹਾਡੇ ਬੇਟੇ ਦੀ ਡੈੱਥ? ਦੇਖੋ ਜੀ ਅਸੀਂ ਗਰੀਬ ਹੁੰਦੇ ਹੋਏ ਇੱਧਰ ਕੋਈ ਇਹਨੂੰ ਇੰਨਾ ਕੰਮ ਨਹੀਂ ਮਿਲਿਆ, ਅਸੀਂ ਪੈਸੇ ਚੁੱਕ ਚੁਕਾ ਕੇ ਇਹਨੂੰ ਸਾਊਦੀ ਅਰਬ ਭੇਜਿਆ। ਉੱਥੇ ਇਹਨੂੰ ਤੀਜਾ ਸਾਲ ਲੱਗਿਆ ਹੋਇਆ, ਪਹਿਲਾਂ ਵੀ ਇਹ ਦੋ ਵਾਰ ਜਾ ਕੇ ਹੁਣ ਵੀ ਇਹਨੂੰ ਗਏ ਹੋਏ ਤੀਜਾ ਸਾਲ ਲੱਗਿਆ ਹੋਇਆ। 14 ਨਵੰਬਰ ਕੇਸ ਸੀ, 3 ਸਾਲ ਪੂਰੇ ਹੋਣੇ ਆ। ਤਾਂ ਉੱਥੇ ਪਤਾ ਲੱਗਿਆ ਵੀ ਇੱਦਾਂ 5 ਤਰੀਕ ਐਕਸੀਡੈਂਟ ਹੋਈ ਆ। ਅੱਛਾ ਉਸ ਤੋਂ ਬਾਅਦ 25 ਤਰੀਕ ਇਹਦੀ ਡੈੱਥ ਦੀ ਰਿਪੋਰਟ ਮਿਲੀ ਹੈ ਵੀ 25 ਤਰੀਕ ਡੈੱਥ ਹੋਈ ਹੈ। ਕੰਪਨੀ ਨੇ ਹਾਲੇ ਤੱਕ ਸਾਨੂੰ ਕੋਈ ਖਬਰ ਨਹੀਂ ਕੀਤੀ ਵੀ ਕਿਆ ਹੋਇਆ ਕਿਆ ਨਹੀਂ ਹੋਇਆ। ਅਤੇ ਬਸ ਇਹੋ ਹੀ ਹੈ, ਅਸੀਂ ਚਾਹੁੰਦੇ ਹਾਂ ਵੀ ਸਾਡੀ ਡੈੱਡ ਬੋਡੀ ਵੀ ਬਾਕੀ ਵੀ ਜਿਹੜੀ ਹੈ ਇਨਵੈਸਟੀਗੇਸ਼ਨ ਕਰੀਏ ਤਾਂ ਕਿ ਜਲਦੀ ਤੋਂ ਜਲਦੀ ਪਤਾ ਲੱਗਣਾ ਚਾਹੀਦਾ ਕਿ ਹੋਇਆ ਗਿਆ ਹੈ। ਤੁਹਾਨੂੰ ਕੁਛ ਪਤਾ ਲੱਗਿਆ ਕੰਪਨੀ ਵਾਲਿਆਂ ਨੇ ਕੁਛ ਦੱਸਿਆ ਵੀ ਕੀ ਕਾਰਨ ਸੀਗਾ ਇਹਨਾਂ ਦੇ ਡੈੱਥ? ਦੇਖੋ ਜੀ ਕੰਪਨੀ ਵਾਲਿਆਂ ਨੇ ਜੋ ਕੋਈ ਫੋਨ ਨਹੀਂ ਆਇਆ, ਉੱਥੇ ਦੇ ਜਿਹੜੇ ਬਾਕੀ ਮੁੰਡੇ ਰਹਿੰਦੇ ਆ ਉਹਨਾਂ ਤੋਂ ਗੱਲਬਾਤ ਹੋ ਕੇ ਉਹਨਾਂ ਦੱਸਿਆ ਵੀ ਇਹਦਾ ਐਕਸੀਡੈਂਟ ਹੋਇਆ ਆ। ਉਹ ਕਹਿੰਦੇ ਆ ਵੀ ਇਹ 1.5 ਮੀਟਰ ਤੋਂ ਬੱਚਾ ਗਿਰਿਆ ਆ, ਗਿਰਨੇ ਕਰਨੇ ਇੰਨੀ ਸੱਟ ਨਹੀਂ ਲੱਗ ਸਕਦੀ, ਇੰਨਾ ਕੁਛ ਨਹੀਂ ਹੋ ਸਕਦਾ। ਤਾਂ ਇਸ ਕਰਕੇ ਅਸੀਂ ਤੁਹਾਡੇ ਅੱਗੇ ਬੇਨਤੀ ਹੈ, ਸਰਕਾਰ ਅੱਗੇ ਬੇਨਤੀ ਹੈ, ਸਾਰਿਆਂ ਅੱਗੇ ਵੀ ਇਹ ਜਿਹੜਾ ਆ ਇਨਵੈਸਟੀਗੇਸ਼ਨ ਕਰਕੇ ਜਿਹੜੀ ਡੈੱਡ ਬੋਡੀ ਆ ਉਹ ਵੀ ਜਲਦੀ ਤੋਂ ਜਲਦੀ। ਸਾਡਾ ਇਹੋ ਹੀ ਸਹਾਰਾ ਸੀ, ਇੱਕ ਬੱਚਾ ਲੜਕੀ ਆ ਜਿਹੜੀ ਉਹ ਵਿਆਹੀ ਆ ਉਹਨੇ ਆਪਣੇ ਘਰ ਚਲੇ ਜਾਣਾ, ਇਹ ਬੱਚੇ ਦਾ ਸਾਨੂੰ ਆਸਰਾ ਥਾ। ਕੋਈ ਹੋਰ ਤੁਹਾਡਾ ਕੋਈ ਸੋਰਸ ਆਫ ਇਨਕਮ ਹੈਗਾ ਕੋਈ? ਇਸ ਕੋਈ ਵੀ ਨਹੀਂ ਹੈ ਜੀ, ਇਸ ਵੇਲੇ ਇਸ ਉਮਰ 'ਚ ਆਦਮੀ ਕਿਆ ਕਰ ਸਕਦਾ। ਸਰ ਕੀ ਨਾਂ ਹੈਗਾ ਤੁਹਾਡਾ? ਰਕੇਸ਼ ਕੁਮਾਰ। ਰਕੇਸ਼ ਜੀ ਕੀ ਕਹਿਣਾ ਹੈਗਾ, ਮੁੰਡੇ ਦੀ ਡੈੱਥ ਕਿਸ ਤਰ੍ਹਾਂ ਹੋਈ ਹੈ ਔਰ ਡੈੱਡ ਬੋਡੀ ਜਿਹੜੀ ਆ ਉਹ ਇੰਡੀਆ ਆ ਗਈ ਹੈ ਜਾਂ ਨਹੀਂ ਆ ਗਈ? ਉਹ ਜੀ 2-3 ਸਾਲ ਪਹਿਲੇ ਘਰੋਂ ਕੰਮ ਕਰਨ ਲਈ ਉੱਥੇ ਸਾਊਦੀ ਅਰਬ 'ਚ ਗਏ ਸੀ ਅਤੇ ਅਚਾਨਕ ਜਿੱਦਾਂ ਘਰ ਵਾਲਿਆਂ ਨੇ ਦੱਸਿਆ ਹੈ ਕਿ 5 ਤਰੀਕ ਨੂੰ ਐਕਸੀਡੈਂਟ ਹੋਇਆ ਸੀ ਅਤੇ ਕੰਪਨੀ ਵਾਲਿਆਂ ਨੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਸਾਨੂੰ ਅਤੇ 25 ਤਰੀਕ ਨੂੰ ਉਹਦੀ ਗਲਾਂ ਦੀ
सूचना दी कि उसकी डैथ हो गई है। तो माता पिता बिल्कुल गरीब हैं, कि कमाई का कोई साधन नहीं है। तो असं चाहते हैं कि कंपनी वाले दे जिन्हें लापरवाही नाल होया है तो उन्होंने केस दर्ज होना चाहिए। तो भारत सरकार द्वारा अगर यही मंग करते हैं कि बुढ़े माँ प्यो कोई ना कोई आमदन का सहारा सोर्स पैदा किया जाए। इस नाल ही सरपंच राकेश कुमार वालों भारत सरकार अते साउदी अरब सरकार अगे मंग करदे हुए अपील की है कि मौत दे कारणां दा पता लगा के जो भी इस विच शामिल हन उन्हां उपर सख्त तो सख्त कार्रवाई करदे हुए बेटे दी लाश नूं जल्द तो जल्द वापस भारत भेजा जावे। फिलहाल मृतक दी लाश साउदी अरब दे विच है अते उस दी मौत दे कारणां दा हजे तक पता नहीं चल सकिया, जिस कारण सरकार नूं अपील है कि जल्दी तो जल्द उस नौजवान दी लाश नूं भारत भेजा जावे अते उस दे मौत दे कारणां दा जरूर पता लगाया जावे।